ਸਭ ਤੋਂ ਪਹਿਲਾਂ ਜੀ ਦੇਸ਼ ਵਿਦੇਸ਼ ਵਿੱਚ ਵੱਸਦੇ ਹੋਏ ਜਿੰਨੇ ਵੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਹਨ, ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਆਪ ਜੀ ਨੇ ਪੁੱਛਿਆ ਕਿ ਜੋ ਅਸੀਂ ਪ੍ਰੋਜੈਕਟ ਕਰ ਰਹੇ ਹਾਂ ਇਹਦੇ ਬਾਰੇ ਦੱਸੋ। ਗੁਰਮਤਿ ਐਜੂਕੇਸ਼ਨ ਸੁਸਾਇਟੀ USA ਲਗਭਗ 4-5 ਸਾਲ ਤੋਂ ਹਰਿਆਣੇ ਔਰ ਪੰਜਾਬ ਔਰ ਵੱਖ ਵੱਖ ਸਟੇਟਾਂ ਦੇ ਵਿੱਚ ਐਜੂਕੇਸ਼ਨ ਦੇ ਉੱਪਰ ਕੰਮ ਕਰ ਰਹੀ ਹੈ। ਇਸ ਸੰਸਥਾ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਇੰਦਰਜੀਤ ਕੌਰ ਜੀ ਜੰਡਾ, ਜੋ ਬੇਸਿਕਲੀ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਹਨ, ਇਸ ਵੇਲੇ ਲੰਬੇ ਸਮੇਂ ਤੋਂ USA ਦੀ ਧਰਤੀ ਉੱਤੇ ਰਹਿ ਰਹੇ ਹਨ, ਕੈਲੀਫੋਰਨੀਆ ਦੇ ਵਿੱਚ ਪਰਿਵਾਰ ਰਹਿੰਦਾ ਹੈ, ਔਰ ਉਹਨਾਂ ਦੇ ਨਾਲ ਸਰਦਾਰ ਮਨਜੀਤ ਸਿੰਘ ਜੀ ਜੰਡਾ, ਸਰਦਾਰ ਜਸਵਿੰਦਰ ਸਿੰਘ ਜੀ ਨਿੱਜਰ ਸਾਹਿਬ ਔਰ ਦਲਜੀਤ ਸਿੰਘ ਜੀ ਹੁੰਦਲ, ਸਾਡੇ ਭਰਾਵਾਂ ਵੱਲੋਂ ਭੈਣਾਂ ਵੱਲੋਂ ਰਲ ਮਿਲ ਕਰਕੇ ਬਹੁਤ ਸਾਰੇ ਸਟੂਡੈਂਟਾਂ ਦੀ ਜਿਹੜੀ ਹੈ ਫੀਸ ਪੇ ਕੀਤੀ ਜਾਂਦੀ ਹੈ। ਲਗਭਗ 4 ਸਾਲ ਤੋਂ ਅਸੀਂ 9ਵੀਂ ਕਲਾਸ ਤੋਂ ਲੈ ਕੇ PhD ਤੱਕ ਦੇ ਬੱਚਿਆਂ ਦੀ ਜਿਹੜੀ ਹੈ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਹੇ ਹਾਂ, ਔਰ ਨਾਲ ਨਾਲ ਅਸੀਂ ਸਮਾਜ ਸੇਵਾ ਵੀ ਬੜੇ ਸੁਚੱਜੇ ਢੰਗ ਦੇ ਨਾਲ ਕਰਦੇ ਹਾਂ। ਅੱਜ ਅਸੀਂ ਮੇਘੋਵਾਲ ਇਲਾਕਾ ਜੋ ਹੁਸ਼ਿਆਰਪੁਰ ਦੇ ਵਿੱਚ ਹੈ, ਇੱਥੇ ਸਰਕਾਰੀ ਹਾਈ ਸਕੂਲ ਦੇ ਵਿੱਚ ਬੱਚਿਆਂ ਨੂੰ ਔਰ ਵੱਖ ਵੱਖ ਸਕੂਲਾਂ ਦੇ ਵਿੱਚ ਅਸੀਂ ਜਾਣਾ ਹੈ, ਉੱਥੇ ਜਿਹੜੀਆਂ ਨੇ ਬੱਚਿਆਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਛੂ ਸੁਖਸਾਂ ਦੀ ਜਿਹੜੀ ਸੇਵਾ ਹੈ, 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕਰਕੇ ਹਰ ਸਾਲ ਗੁਰਮਤਿ ਐਜੂਕੇਸ਼ਨ ਸੁਸਾਇਟੀ ਇਹ ਸੇਵਾਵਾਂ ਕਰਦੀ ਹੈ। ਸੋ ਹੁਸ਼ਿਆਰਪੁਰ ਇਲਾਕੇ ਦੀ ਜਿਹੜੀ ਸਮੁੱਚੀ ਸੇਵਾ ਹੈ, ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭੈਣ ਰਾਜਵਿੰਦਰ ਕੌਰ ਜੀ ਵੱਖ ਵੱਖ ਸਕੂਲਾਂ ਦੇ ਵਿੱਚ ਨਿਭਾਉਂਦੇ ਹਨ, ਇੱਥੇ ਅੱਜ ਸਾਡੇ ਨਾਲ ਪਹੁੰਚੇ ਹਨ ਵਰਿੰਦਰ ਸਿੰਘ ਪ੍ਰਹਾਰ ਜੀ, ਮੇਰੇ ਨਾਲ ਭੈਣ ਸੰਦੀਪ ਕੌਰ ਜੀ, ਔਰ ਸਾਡੇ ਜਿਹੜੇ ਅਸ਼ਵਨੀ ਸਰ, ਹੋਰ ਸਰ, ਜਿੰਨਾ ਵੀ ਸਟਾਫ ਇੱਥੇ ਪਹੁੰਚਿਆ ਹੈ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ। ਹਰਿਆਣੇ ਤੋਂ ਮੇਰੇ ਨਾਲ ਵਿਸ਼ੇਸ਼ ਤੌਰ 'ਤੇ ਜਸਵਿੰਦਰ ਸਿੰਘ ਜੀ ਵਿਰਕ, ਸਰਦਾਰ ਮਨਪ੍ਰੀਤ ਸਿੰਘ ਜੀ ਜਨਸੂਆ, ਵੀਰ ਸ਼ਰਨ ਸਿੰਘ, ਔਰ ਇੱਥੋਂ ਦੇ ਜਿੰਨੇ ਵੀ ਸਾਡੇ ਸਟਾਫ ਮੈਂਬਰ ਪਹੁੰਚੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਔਰ ਲਗਾਤਾਰ ਅਸੀਂ ਜਿਹੜਾ ਹੈ, ਜਿੱਦਾਂ ਫਲੱਡ ਪਿੱਛੇ ਜਿਹਾ ਆਇਆ ਉਦੋਂ ਵੀ ਸੇਵਾਵਾਂ ਜਿਹੜੀਆਂ ਨੇ ਗੁਰਮਤਿ ਐਜੂਕੇਸ਼ਨ ਸੁਸਾਇਟੀ USA ਵੱਲੋਂ ਹਰਿਆਣੇ ਔਰ ਪੰਜਾਬ ਦੇ ਵਿੱਚ ਕੀਤੀਆਂ ਗਈਆਂ, ਅੱਜ ਇੱਥੇ ਜਿਹੜਾ ਆ ਬੱਚਿਆਂ ਨੂੰ ਸੋਕਸ ਔਰ ਸ਼ੂਜ਼ ਵੰਡ ਕੇ ਜਿਹੜਾ ਹੈ ਬੜਾ ਸਕੂਨ ਮਿਲਿਆ। ਇੱਥੋਂ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਮੈਡਮ ਹਰਵਿੰਦਰ ਕੌਰ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰੇ ਜਿੰਨੇ ਵੀ ਮੀਡੀਆ ਵਾਲੇ ਮੇਰੇ ਵੀਰ ਭਰਾ ਭੈਣਾਂ ਆਈਆਂ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਰਦਾਸ ਕਰਿਓ ਵਾਹਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖਣ, ਅਸੀਂ ਵੱਧ ਤੋਂ ਵੱਧ ਐਜੂਕੇਸ਼ਨ ਉੱਤੇ ਕੰਮ ਕਰ ਸਕੀਏ, ਬੱਚਿਆਂ ਨੂੰ ਪੜ੍ਹਾ ਲਿਖਾ ਕੇ, ਤਾਂ ਕਿ ਬੱਚੇ ਵਧੀਆ ਤਰੀਕੇ ਦੇ ਨਾਲ ਆਪਣੀਆਂ ਚੰਗੀਆਂ ਜੋਬਾਂ ਲੈ ਸਕਣ ਔਰ ਆਪਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਦੇ ਨਾਲ ਜਿਉਂ ਸਕਣ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਅਤੇ ਆਪ ਸਾਰੀਆਂ ਸੰਗਤਾਂ ਨੂੰ ਅਪੀਲ ਵੀ ਕਰਦਾ ਹਾਂ ਕਿ ਵੱਧ ਤੋਂ ਵੱਧ ਤੁਸੀਂ ਗੁਰਮਤਿ ਐਜੂਕੇਸ਼ਨ ਸੁਸਾਇਟੀ USA ਦਾ ਸਾਥ ਦਿਓ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋੜਵੰਦ ਪਰਿਵਾਰਾਂ ਜਿਹੜੀ ਹੈ ਬੱਚਿਆਂ ਦੀ ਪੜ੍ਹਾਈ ਹੈ ਜਿਹੜੀ, ਉਹ ਅਸੀਂ ਸੁਚੱਜੇ ਢੰਗ ਦੇ ਨਾਲ ਕਰਵਾ ਸਕੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।